ਅਯੋਧਿਆ ਪਹੁੰਚ ਚੁੱਕੇ ਹਾਂ ਤੁਸੀਂ ਤੇ ਇਸ ਵੇਲੇ ਜੋ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਇਹ ਰਾਜਾ ਦਸ਼ਰਥ ਦੇ ਮਹਿਲ ਦੀਆਂ ਤਸਵੀਰਾਂ ਨੇ। ਜੀ ਹਾਂ, ਪ੍ਰਭੂ ਰਾਮ ਦੇ ਪਿਤਾ ਰਾਜਾ ਦਸ਼ਰਥ ਦੇ ਮਹਿਲ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਨ ਜਾ ਰਹੇ ਹਾਂ। ਤੁਸੀਂ ਇਸ ਖ਼ਬਰ ਨੂੰ ਵੱਧ ਤੋਂ ਸ਼ੇਅਰ ਕਰ ਸਕਦੇ ਹੋ, ਜਸ਼ਰਾਮ ਲਿਖ ਕੇ ਆਪਣੀ ਹਾਜ਼ਰੀ ਲਵਾ ਸਕਦੇ ਹੋ। ਇਹਨਾਂ ਤਸਵੀਰਾਂ ਬਾਰੇ ਦੱਸਦੇ ਰਾਜਾ ਦਸ਼ਰਥ ਦਾ ਇਹ ਮਹਿਲ ਜੋ ਕਹਿ ਸਕਦੇ ਉਸ ਵੇਲੇ ਦਾ ਬਣਿਆ ਹੋਇਆ, ਇਹਨੂੰ ਬੜਾ ਸਥਾਨ ਵੀ ਕਿਹਾ ਜਾਂਦਾ। ਰਾਜਾ ਦਸ਼ਰਥ ਚੱਕਰਵਰਤੀ ਮਹਾਰਾਜ ਦਾ ਦੱਸਿਆ ਜਾਂਦਾ ਕਿ ਸ਼੍ਰੀ, ਤੁਸੀਂ ਵੇਖ ਸਕਦੇ ਹੋ ਲਿਖਿਆ ਸ਼੍ਰੀ ਚੱਕਰਵਰਤੀ ਮਹਾਰਾਜ ਦਸ਼ਰਥ ਜੀ ਦਾ ਮਹਿਲ ਹੈ। ਅਤੇ ਸਿੱਧੀਆਂ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ, ਇਹਨਾਂ ਤਸਵੀਰਾਂ ਨਾਲ ਤੁਹਾਨੂੰ ਅੰਦਰਲੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਾਂਗੇ। ਪਰ ਫਿਲਹਾਲ ਇਹ ਤਸਵੀਰਾਂ ਬੇਹੱਦ ਅਹਿਮ ਕਹੀਆਂ ਜਾ ਸਕਦੀਆਂ ਨੇ। ਜੇਕਰ ਤੁਸੀਂ ਅਯੋਧਿਆ ਆਇਓ, ਰਾਜਾ ਦਸ਼ਰਥ ਦਾ ਮਹਿਲ ਨਹੀਂ ਵੇਖਿਆ ਤਾਂ ਫਿਰ ਕੀ ਵੇਖਿਆ? ਰਾਮਲੀਲਾ ਦੇ ਦਰਸ਼ਨ ਵੀ ਕਰਾਵਾਂਗੇ, ਪਰ ਫਿਲਹਾਲ ਇਹ ਤਸਵੀਰਾਂ ਤੁਹਾਨੂੰ ਅੰਦਰ ਲੈ ਚੱਲਦੇ ਹਾਂ, ਦਿਖਾਉਂਦੇ ਹਾਂ ਰਾਜਾ ਦਸ਼ਰਥ ਦੇ ਮਹਿਲ ਦੀਆਂ ਅੰਦਰਲੀਆਂ ਲਾਈਵ ਤਸਵੀਰਾਂ। ਜਾਓ ਦਸ਼ਰਥ ਮਹਿਲ ਦੇ ਅੰਦਰ ਦਾਖਲ ਹੁੰਦੇ ਸਾਰ ਤੁਹਾਨੂੰ ਇੱਧਰ ਮੇਰੇ ਸਾਈਡ ਤੇ ਤੁਹਾਨੂੰ ਨਜ਼ਰ ਆਏਗਾ ਸ਼ਿਵ ਮੰਦਿਰ। ਸ਼ਿਵ ਮੰਦਿਰ ਦੇ ਅੰਦਰ ਲਈਆਂ ਤਸਵੀਰਾਂ ਤੁਹਾਨੂੰ ਜ਼ਰੂਰ ਸਾਂਝੀਆਂ ਕਰਾਂਗੇ। ਮੰਦਿਰ ਦਿਖਾਉਂਦੇ ਹਾਂ ਅੰਦਰੋਂ। ਇਸ ਵੇਲੇ ਇਹ ਅੰਦਰ ਦਾਖਲ ਹੁੰਦੇ ਸਾਰ ਪਹਿਲਾਂ ਸ਼ਿਵ ਮੰਦਿਰ ਆਉਂਦਾ, ਬਿਲਕੁਲ ਇਹਦੇ ਨਾਲ ਹੀ ਯਾਤਰੀ ਨਿਵਾਸ ਬਣਾਇਆ ਹੋਇਆ, ਯਾਤਰੀ ਠਹਿਰਨ ਦੀ ਵਿਵਸਥਾ ਕੀਤੀ ਹੈ। ਪਹਿਲਾਂ ਜਿਸ ਹਿਸਾਬ ਦੇ ਨਾਲ ਇਹ ਕਹਿ ਸਕਦੇ ਬਿਲਡਿੰਗ ਸੀ, ਉਸ ਤਰੀਕੇ ਦੇ ਨਾਲ ਹਲੇ ਅੱਜ ਵੀ ਬਣੀ ਹੋਈ ਹੈ। ਜਗਦੀਸ਼ ਸ਼ਾਤਰੀ ਨਿਵਾਸ ਇੱਥੇ ਨਾਲ ਹੈ, ਪਰ ਨਾਲ ਹੀ ਸ਼ਿਵਜੀ ਦਾ ਇਹ ਮੰਦਿਰ ਹੈ। ਰਾਮਲਾ ਮੂਰਤੀ ਪ੍ਰਾਣ ਪ੍ਰਤਿਸ਼ਠਾ 22 ਤਰੀਕ ਨੂੰ ਹੋਣੀ ਹੈ। ਇੱਥੇ ਵੱਖ ਵੱਖ ਥਾਵਾਂ ਤੋਂ ਸ਼ਰਧਾਲੂ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ। ਅੱਜ ਸਾਡੇ ਨਾਲ ਰਾਮ ਜੀ ਦੇ ਵਿਸ਼ੇਸ਼ ਸ਼ਰਧਾਲੂ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਆਪ ਯਹਾਂ ਪੇ ਪਹੁੰਚੇ ਹੋ, ਦਰਸ਼ਨ ਹੋਏ ਰਾਮਲੀਲਾ ਕੇ, ਅਭੀ ਦਰਸ਼ਨ ਮਹਿਲ ਦੇਖ ਰਹੇ ਹੋ? ਦਰਸ਼ਨ ਅੱਛਾ ਸੇ ਹੋਇਆ, ਹਮਕੋ ਤੋ ਰਿਸਪੈਕਟ ਦਿਆ ਪੁਲਿਸ ਵਾਲੇ ਨੇ, ਹਮਕੋ ਤੋ ਅੱਛਾ ਹੀ ਬਾਤ ਕੀ ਹੈ, ਹਮਕੋ ਤੋ ਅੱਛਾ ਹੀ। ਕੈਸਾ ਮਹਿਸੂਸ ਹੋ ਰਹਾ ਹੈ ਰਾਮਲੀਲਾ 500 ਸਾਲੋਂ ਬਾਅਦ ਘਰ ਪੇ ਆ ਰਹੇ ਹੈ, ਆਪਣੀ ਮੁਕਤੀ ਉਨਕੀ ਲੱਗ ਰਹੀ ਹੈ ਯਹਾਂ ਪੇ? ਅੱਛਾ ਲੱਗ ਰਹਾ ਹੈ, ਉਨਕੋ ਮੁਕਤੀ ਦੇਖਨੇ ਕੇ ਲੀਏ ਤੋ ਆਏ ਥੇ। ਰਾਮ ਮੰਦਿਰ ਤੋ ਪੂਰਾ ਹੋਆ ਨਹੀਂ, ਉਸ ਲਈ ਹਮ ਤੋ ਵਾਪਸ ਚਲੇ ਜਾ ਰਹੇ ਹੈ, ਆਏਂਗੇ ਫਿਰ ਸੇ ਤੋ ਦੇਖੇਂਗੇ। ਰਾਮਲੀਲਾ ਵਿਰਾਜਮਾਨ ਹੋ ਜਾਏਗੇ 22 ਤਾਰੀਖ ਕੋ, ਰਾਮਲੀਲਾ ਕੀ ਮੂਰਤੀ ਰੱਖਦੀ ਹੈ, ਲੱਲਾ ਘਰ ਪੇ ਆ ਗਏ ਹੈ, ਕਿਆ ਕਹਿਣਾ ਚਾਹੋਗੇ? ਹਮ ਆਏਂਗੇ, ਉਨਕਾ ਦਰਸ਼ਨ ਕੀਏ, ਹਾਂ ਹਮ ਉਨਸੇ ਬਤਾਏਂਗੇ ਹਮਾਰਾ ਪ੍ਰੋਬਲਮ ਕਿਆ ਹੈ, ਤੋ ਅੱਛਾ ਦੇਖੇਂਗੇ। ਪ੍ਰੋਬਲਮਸ ਆਪਣੀ ਭਗਵਾਨ ਕੇ ਆਗੇ ਰੱਖਣੇ ਆਏ ਹੈ, ਉਨਕਾ ਹਲ ਜ਼ਰੂਰੀ ਹੈ। ਹਾਂ ਵਹੀ ਤੋ ਬੋਲ ਰਹੇ ਹਮ ਵੀ, ਤੋ ਉਸਕਾ ਪ੍ਰੋਬਲਮ ਹਮ ਤੋ ਬਤਾਏਂਗੇ ਨਾ ਕੈਸੇ। ਜਬ ਵੀ ਕਿਸੀ ਕੇ ਘਰ ਖੁਸ਼ੀ ਹੋਤੀ ਹੈ, ਸਬਸੇ ਪਹਿਲੇ ਆਪ ਲੋਗੋਂ ਕੋ ਬੁਲਾਇਆ ਜਾਂਦਾ ਹੈ, ਠੀਕ ਹੈ? ਅੱਜ ਰਾਮਲੀਲਾ ਕੋ ਘਰ ਮਿਲਨੇ ਜਾ ਰਹਾ ਹੈ, ਤੋ ਆਪਕੋ ਕਿਤਨੀ ਖੁਸ਼ੀ ਹੈ? ਮੈਂ ਜ਼ਰੂਰ ਜ਼ਰੂਰ ਜਾਊਂਗਾ। ਹਮ ਤੋ ਬਹੁਤ ਖੁਸ਼ੀ ਹੈ, ਹਮ ਇਤਨਾ ਦੂਰ ਆਏ ਹੈ ਲੈ ਰਾਮ ਮੰਦਿਰ ਕੇ ਲਈ, ਹਮ ਤੋ ਆਇਆ ਬਹੁਤ ਖੁਸ਼ੀ ਸੇ ਆਏ, ਹਮ ਕਿਤਨਾ ਖੁਸ਼ੀ ਸੇ ਆਏ ਉਤਨਾ ਖੁਸ਼ੀ ਸੇ ਜਾ ਰਹੇ। ਹਾਂ, ਹਮਨੇ ਨਾ ਪੁਲਿਸ ਵਾਲੇ ਵੀ ਕੋਈ ਰੁਕਾ ਹੈ ਨਹੀਂ, ਹਾਂ ਜਾਈਏ ਮਾਤਾ ਜੀ, ਜਾਈਏ ਮਾਤਾ ਜੀ, ਬੋਲਾ ਇਧਰ ਕਾ, ਇਧਰ ਤੋ ਬਹੁਤ ਰਿਸਪੈਕਟ ਦੇ ਰਹੇ ਹੈ, ਹਮਕੋ ਬਹੁਤ ਧੰਨਵਾਦ। ਬਿਲਕੁਲ ਕਹਿ ਸਕਦੇ ਹੋ, ਰਾਮਲੀਲਾ ਦੇ ਦਰਸ਼ਨ ਹੋ ਚੁੱਕੇ ਨੇ, ਦਰਸ਼ਨਾਂ ਲਈ ਇਹ ਸ਼ਰਧਾਲੂ ਇੱਥੇ ਪਹੁੰਚੇ ਸਨ, ਇਹਨਾਂ ਦਾ ਬਹੁਤ ਬਹੁਤ ਧੰਨਵਾਦ, ਧੰਨਵਾਦ ਜੀ ਆਪਕਾ। ਤਾਂ ਤੁਹਾਨੂੰ ਰਾਮਲੀਲਾ ਦੇ ਨਾਲ ਹੀ ਅੰਦਰ ਹੁਣ ਦਰਸ਼ਨ ਕਰਾਵਾਂਗੇ, ਪਿੱਛੇ ਮੇਰੇ ਦਸ਼ਰਥ ਮਹਿਲ ਤੁਸੀਂ ਵੇਖ ਸਕਦੇ ਹੋ, ਇਹ ਦਸ਼ਰਥ ਮਹਿਲ ਦੇ ਅੰਦਰਲੀਆਂ ਤਸਵੀਰਾਂ ਨੇ।
ਅੰਦਰ ਤੁਸੀਂ ਵੇਖ ਸਕਦੇ ਹੋ ਨਿਕਾਕਸ਼ੀ ਪੁਰਾਣੀ ਇੱਥੇ ਮੌਜੂਦ ਹੈ। ਬੇਸ਼ੱਕ ਕੁਛ ਮਾਡਰਨਾਈਜੇਸ਼ਨ ਸਮੇਂ ਦੇ ਨਾਲ ਨਾਲ ਹੁੰਦਾ ਰਿਹਾ, ਪਰ ਇਹ ਦਹਿਸ਼ਤ ਮਹਿਲ ਦੀਆਂ ਤਸਵੀਰਾਂ ਨੇ ਜਿੱਥੇ ਭਗਵਾਨ ਰਾਮ ਦਾ ਜਨਮ ਹੋਇਆ ਹੋ ਸਕਦਾ ਹੈ। ਪਰ ਫਿਲਹਾਲ ਇੱਥੇ ਦਸ਼ਰਥ ਮਹਿਲ ਇਸ ਲਈ ਕਿਹਾ ਜਾਂਦਾ ਕਿ ਭਗਵਾਨ ਰਾਮ ਦੇ ਪਿਤਾ ਦਸ਼ਰਥ ਇੱਥੇ ਰਹਿੰਦੇ ਸਨ। ਉਹ ਮਹਿਲ ਹੈ ਜੋ ਭਗਵਾਨ ਰਾਮ ਦੇ ਨਾਲ ਜਾਣਿਆ ਜਾਂਦਾ। ਬਾਹਰ ਤੋਂ ਸ਼ਿਵ ਜੀ ਦਾ ਦਰਸ਼ਨ ਕਰਾਇਆ, ਪਰ ਅੰਦਰ ਤੁਸੀਂ ਵੇਖ ਸਕਦੇ ਹੋ ਹਨੂੰਮਾਨ ਜੀ ਦੀ ਮੂਰਤੀ ਇੱਥੇ ਵਿਰਾਜਮਾਨ ਹੈ। ਸ਼ਰਧਾਲੂ ਕੁਛ ਹੋਰ ਸਾਡੇ ਨਾਲ ਮੌਜੂਦ ਨੇ, ਕਹਾਂ ਸੇ ਆਏ ਹੈਂ ਆਪ? ਹਮ ਲੋਗ ਕਾਨਪੁਰ ਸੇ ਆਏ ਹੈਂ। ਨਮਸਤੇ ਸੇ ਜੀ, ਰਾਮਲੀਲਾ ਹਮ ਲੋਗ ਰਾਮਲੀਲਾ ਕਲਾਕਾਰ ਹੈ। ਅੱਛਾ ਜੀ, ਹਮ ਲੋਗ ਕਹਾਂ ਰਾਮਲੀਲਾ ਕਰਨੇ ਜਾ ਰਹੇ ਹੋ ਅਯੋਧਿਆ ਮੇਂ? ਅਯੋਧਿਆ ਰਾਮ ਕਥਾ ਪਾਰਕ ਮੇਂ ਆਏ ਹੈਂ। ਜੀ ਜੀ, ਰਾਮ ਕਥਾ ਪਾਰਕ ਮੇਂ ਆਪ ਰਾਮਲੀਲਾ ਕਰੋਗੇ? ਕਿਸ ਦਿਨ ਤੋਂ ਸ਼ੁਰੂ ਹੋ ਰਹੀ ਹੈ ਔਰ ਕਬ ਤੱਕ? ਕੱਲ 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 ਦਮਿਸ਼ਾ ਕੀ ਲੀਲਾ ਦੀ ਆ ਰਾਮ ਬਨਵਾਸ ਕੀ ਲੀਲਾ? ਆਜ ਕਈ ਕਈ ਦਸਰਸ ਸੰਵਾਦ ਮੰਥਰਾ ਸੰਵਾਦ ਇਹ ਰਾਮਲੀਲਾ ਕੇ ਮਾਧਿਅਮ ਸੇ ਆਜ। ਵੈਸੇ ਇੱਕ ਰਾਮਲੀਲਾ ਕੇ ਕਲਾਕਾਰ ਕੋ ਜ਼ਿਆਦਾ ਪਤਾ ਹੈ, ਦਸ਼ਰਥ ਮਹਿਲ ਮੇਂ ਆਪ ਆ ਚੁੱਕੇ ਹੋ, ਰਾਮਲੀਲਾ ਕੋ ਨਿਆ ਘਰ ਮਿਲਨੇ ਜਾ ਰਹੇ ਹੈ। ਜੀ ਜੀ, ਕੈਸੀ ਖੁਸ਼ੀ ਹੋ ਰਹੀ ਹੈ? ਅਰੇ ਅਪਾਰ, ਜੈਸੇ ਕੀ ਕਹਾ ਜਾਏ ਮਛਲੀ ਕੋ ਜਲ ਮਿਲ ਜਾਏ, ਔਰ ਵੈਸੇ ਹਿੰਦੂ ਧਰਮ ਮੇਂ ਰਾਮਲੀਲਾ ਕਾ ਮੰਦਿਰ ਮਿਲ ਜਾਏ, ਇਸਸੇ ਬੜੀ ਖੁਸ਼ੀ ਕੁਛ ਨਹੀਂ ਹੋ ਸਕਤੀ ਭਈਆ। ਰਾਮਲੀਲਾ ਆਪ ਕਰਤੇ ਹੋ ਤੋ ਅਲਗ ਅਲਗ ਕਿਰਦਾਰ ਜੋ ਨਿਭਾਤੇ ਹੋਗੇ, ਆਪ ਕਿਆ ਕਿਰਦਾਰ ਨਿਭਾ ਰਹੇ ਹੋ? ਜੀ ਵੈਸੇ ਤੋ ਮੈਂ ਲਕਸ਼ਮਣ ਕਾ ਪਾਠ ਕਰਤਾ ਹੂੰ, ਔਰ ਅਬ ਭਾਈ ਕਲਾਕਾਰ ਹੈ ਤੋ ਕੋਈ ਵੀ ਪਾਤਰ ਦੇ ਦਿਆ ਜਾਤਾ ਹੈ, ਕੁਛ ਵੀ ਕਰ ਸਕਤੇ ਹੋ, ਕਲਾਕਾਰ ਹੈ ਜੀ। ਬਾਕੀ ਜੀ ਆਪ ਆਪ ਹਮ ਲੇਡੀਜ਼ ਅਭਿਨੇਤਾ ਹੈ, ਇਸਤਰੀ ਪਾਤਰ ਹੈ, ਜਿਤਨੇ ਵੀ ਰਾਮਾਇਣ ਮੇਂ ਅਭਿਨੇ ਆਤੇ ਹੈ, ਕੌਸ਼ਲਿਆ ਕੇ ਕਈ, ਸੁਮਿਤਰਾ, ਮੰਦੋਦਰੀ ਇਤਿਆਦਿ ਜਿਤਨੇ ਵੀ ਅਭਿਨੇ ਹੁਆ ਕਰਤੇ ਹੈ। ਪਾਤਰੋਂ ਕੋ ਤੋ ਆਪਨੇ ਸਟੇਜ ਪੇ ਉਤਾਰ ਦਿਆ, ਠੀਕ ਹੈ ਜੀ, ਰਾਮਲੀਲਾ ਕਾ ਮੰਚਨ ਕਰ ਦਿਆ, ਲੇਕਿਨ ਜਬ ਰਾਮ ਜੀ ਕੇ ਘਰ ਪੇ ਪਹੁੰਚ ਗਏ ਹੋ, ਉਨ੍ਹੀ ਪਾਤਰੋਂ ਕੋ ਕਹੀਂ ਨਾ ਕਹੀਂ ਜੀਵਿਤ ਹੋਤੇ ਦੇਖ ਰਹੇ ਹੋ, ਤੋ ਕੈਸੇ ਲੱਗ ਰਿਹਾ ਫਿਰ? ਬਹੁਤ ਹੀ ਅੱਛਾ ਲੱਗ ਰਿਹਾ, ਔਰ ਬੜਾ ਹਰਸ ਕਾ ਵਿਸ਼ਾ ਹੈ ਕਿ ਪ੍ਰਭੂ ਰਾਮ ਜੀ ਕਾ ਨਯਾ ਗ੍ਰਹਿ ਬਨਨਾ, ਔਰ ਇਸ ਬਾਤ ਕੀ ਬੜੀ ਖੁਸ਼ੀ ਹੈ ਕਿ ਪ੍ਰਭੂ ਕੇ ਘਰ ਮੇਂ ਹਮ ਲੋਗ ਇਤਨੇ ਦਿਨੋਂ ਕੇ ਬਾਅਦ ਮੇਂ ਹਮ ਲੋਗੋਂ ਕੋ ਭਗਵਾਨ ਕੇ ਉਸ ਆਸਨ ਹਮ ਤੋ ਇਹ ਸੋਚਦੇ ਹੈ ਜਿਨਕੀ ਲੀਲਾ ਹਮ ਲੋਗ ਕਰ ਰਹੇ ਹੈ ਉਨਕੇ ਧਾਮ ਮੇਂ ਆਏ ਹੈ, ਉਨਕੇ ਘਰ ਮੇਂ ਆਏ ਹੈ, ਤੋ ਹਮੇਂ ਆਪਣਾ ਘਰ ਜੈਸਾ ਲਗਤਾ ਹੈ, ਬਸ ਕਿ ਹਮਾਰਾ ਘਰ ਆ ਗਿਆ, ਹਮ ਮਿਲ ਗਏ ਆਪਣੇ ਪ੍ਰਭੂ ਕੇ ਘਰ ਆ ਗਏ। इतने वर्षों से जिसकी हम लोग प्रतीक्षा करके, मैंने बचपन में देखा जब ये घटना हुआ, ये अयोध्या कांड हुआ था, तो हम बहुत छोटे थे, 1992 की बात कर रहे हो? जी जी, मैं बहुत छोटा था, और उसके बाद में जब जब हमने रामलीला देखा तो तंबू में ही देखा, पर आज अगर हमें राम जी को हमारा घर मिला तो हम लोगों का अपार खुशी है, जो शब्दों में बयान नहीं की जा सकती। और हम लोग तो ये चाहते हैं कि जो जिस जिनकी सरकार की पावन लीला हम लोग करते हैं, ये तो हम अपने आप को बहुत बड़े भाग्यशाली समझते हैं कि उनकी पावन लीला और कहीं ना कहीं उनके चरणों की जरा सी रज मिल जाए तो हम लोगों का जीवन धन्य हो जाए, मेरा पवित्र हो जाए। उनकी कृपा से तो हम लोग कर ही रहे हैं, उनकी कृपा से सारा संसार नाचा, बस प्रभु श्री राम जी की ही कृपा से हम लोग यहाँ तक, कोई माने या न माने लेकिन है उनकी कृपा, उनकी कृपा के अलावा पत्ता तक नहीं हिल सकता, इसीलिए तो कहा गया उनकी कृपा बनी रहे तो ये बड़ा सौभाग्य, दुनिया रूठ जाए तो रूठ जाए मगर परमात्मा हमसे ना रूठे, बस उन्हें अपने चरणों में जगह दे रहे, यही हमारे लिए बहुत अच्छा। पर जय श्री राम, कृपा सबको बिल्कुल, बहुत बड़ा सौभाग्य है, यत्र वत्र प्रांत प्रांत हम लोग रामलीला का मंचन करते हैं, अपनी कला के माध्यम से भगवान को रिझाते हैं, आज ऐसा शुभ अवसर हमारे जीवन में है कि हम उन्हीं के धाम पर उन्हीं की लीला के मंचन के माध्यम से भगवान को प्रसन्न कर रहे हैं, भगवान के प्रति अपने भाव प्रकट कर रहे हैं, इससे बड़ा सौभाग्य किसी भी जीवन में किसी भी प्राणी को शायद मिल पाए, ऐसा हमारा मानना है। पर कितनी जगह पे आप रामलीला तक मंचन कर चुके हो इससे पहले? यह प्रभु की सेवा मानकर हम लोग करते हैं तो इसकी संख्या कभी गिनती नहीं की जा सकती,
कि कब किया, कलकत्ता तक, अयोध्या से पहले कहाँ कहाँ कर चुके हो? अभी शोभन सरकार में कार्यक्रम चलता रहा हमारा, श्री शोभन सरकार से कार्यक्रम विराम करके कानपुर में और उन्नाव जनपद में ज्यादा होती हैं और बाहर की। ये पहली बार है जब अयोध्या में करने जा रहे हैं। वैसे तो हम लोग ये दूसरी बार अयोध्या में, इसके पहले हम लोग रामलीला सुमेरपुर में कराए हैं जी, जो कि प्रभु के धाम पे पहली बार जी, प्रभु के धाम पर पहली बार आए और उनका बड़ा सौभाग्य है कि हम लोगों को आने का सौभाग्य प्राप्त हुआ। एक महीने में दो दो बार अभी चित्रकूट में हम लोग करके आए हुए हैं और श्री रामचंद्र की जय, जय जय, बोलिए सियापति रामचंद्र की जय। प्रभु श्री राम होण ते हनुमान जी की गल ना होवे तो पिछे तुम दिखा देना, हनुमान मंदिर है, संकट मोचन हनुमान मंदिर है। ये रामलीला दे कलाकारां नाल आपां गलबात कीती है, जगबणी लगातार तुहानू दिखा रहा है तस्वीरां, अंदर दशरथ महल दे अंदर दाखिल हुंदे सार सब तों पहलां ਇੱਥੇ ਭਗਵਾਨ ਹਨੂੰਮਾਨ ਇੱਥੇ ਵਿਰਾਜਮਾਨ ਨੇ, ਉਹਨਾਂ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਇਸ ਦੇ ਨਾਲ ਦਸ਼ਰਥ ਮਹਿਲ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਪਰ ਫਿਲਹਾਲ ਬੇਹੱਦ ਅਹਿਮ ਇਹ ਤਸਵੀਰਾਂ ਕਹੀਆਂ ਜਾ ਸਕਦੀਆਂ ਨੇ। ਭਗਵਾਨ ਵੀਰ ਬਜਰੰਗ ਬਲੀ ਇੱਥੇ ਖੁਦ ਵਿਰਾਜਮਾਨ ਨੇ, ਸੀਤਾਰਾਮ ਸੰਕੀਰਤਨ ਭਵਨ ਨਾਮ ਦਿੱਤਾ ਗਿਆ ਇਸ ਮੰਦਿਰ ਨੂੰ ਜਿੱਥੇ ਕਿ ਭਗਵਾਨ ਖੁਦ ਬੈਠੇ ਨੇ ਅਤੇ ਵਿਰਾਜਮਾਨ ਹੋਏ ਨੇ। ਇਸ ਦੇ ਨਾਲ ਹੀ ਹੁਣ ਤੁਹਾਨੂੰ ਦਸ਼ਰਥ ਮਹਿਲ ਦੇ ਅੰਦਰਲੀਆਂ ਤਸਵੀਰਾਂ ਦਿਖਾਉਂਦੇ ਹਾਂ, ਆਓ ਲੈ ਚੱਲਦੇ ਹਾਂ ਤੁਹਾਨੂੰ ਦਸ਼ਰਥ ਮਹਿਲ ਦੇ ਅੰਦਰ। ਬਰਨੀ ਨੇ ਜਾਈ ਰੁਚੀ ਰੰਗਨਾਈ, ਜਾਂ ਖੇਲਤ ਨੇ ਤੇ ਚਾਰੋ ਭਾਈ, ਯਾਨੀ ਕਿ ਇਹ ਉਹ ਥਾਂ ਜਿੱਥੇ ਚਾਰੇ ਭਰਾ ਆਪਣੀ ਬਾਲ ਅਵਸਥਾ ਦੇ ਵਿੱਚ ਖੇਡਦੇ ਰਹੇ। ਪ੍ਰਭੂ ਸ਼੍ਰੀ ਰਾਮ ਦੀ ਮੈਂ ਇੱਥੇ ਗੱਲ ਕਰ ਰਿਹਾ, ਪ੍ਰਭੂ ਸ਼੍ਰੀ ਰਾਮ, ਲਕਸ਼ਮਣ, ਭਰਤ, ਸ਼ਤਰੂਗਨ, ਇਸ ਥਾਂ ਦੇ ਉੱਤੇ ਆਪਣਾ ਬਾਲਕਾਲ ਉਹਨਾਂ ਨੇ ਬਿਤਾਇਆ। ਇਸ ਥਾਂ ਦੇ ਉੱਤੇ ਜੋ ਕਹਿ ਸਕਦੇ ਹੋ ਬਾਲ ਲੀਲਾਵਾਂ ਦਾ ਮੰਚਨ ਕਰਦੇ ਰਹੇ ਨੇ, ਇੱਥੇ ਬਾਲ ਲੀਲਾਵਾਂ ਆਪਣੀਆਂ ਦਿਖਾਉਂਦੇ ਰਹੇ ਨੇ। ਪ੍ਰਭੂ ਸ਼੍ਰੀ ਰਾਮ ਦੇ ਨਾਲ ਕਹਿ ਸਕਦੇ ਹੋ ਸਿੱਧੇ ਤੌਰ 'ਤੇ ਜੁੜਿਆ ਹੋਇਆ ਇਹ ਦਸ਼ਰਥ ਮਹਿਲ ਹੈ। ਦਸ਼ਰਥ ਮਹਿਲ ਦੀਆਂ ਇਹ ਤਸਵੀਰਾਂ ਅੰਦਰਲੀਆਂ ਨੇ, ਤੁਸੀਂ ਵੇਖ ਸਕਦੇ ਹੋ ਉੱਥੇ ਵੀ ਲਿਖਿਆ ਹੋਇਆ, ਉੱਪਰ ਦਾ ਬੋਰਡ ਤੁਹਾਨੂੰ ਇੱਕ ਦਿਖਾ ਦਿੰਦੇ ਹਾਂ। ਸ਼੍ਰੀ ਚੱਕਰਵਰਤੀ ਮਹਾਰਾਜ ਦਸ਼ਰਥ ਦੇ ਰਾਜਮਹਿਲ ਦੀਆਂ ਤੁਸੀਂ ਤਸਵੀਰਾਂ ਵੇਖ ਪਾ ਰਹੇ ਹੋ। ਇਸ ਨੂੰ ਪੂਜਾ ਸੰਤਾਂ ਮਹੰਤਾਂ ਅਤੇ ਭਗਤਾਂ ਦੇ ਵੱਲੋਂ ਇੱਥੇ ਜੋ ਸਵਾਗਤ ਕੀਤਾ ਜਾ ਰਿਹਾ, ਇੱਥੇ ਲਿਖ ਕੇ ਵੀ ਲਾਇਆ ਕਿ ਉਹੀ ਭਵਨ ਹੈ ਜਿੱਥੇ ਭਗਵਾਨ ਸ਼੍ਰੀ ਰਾਮ ਚਾਰੋ ਭਰਾਵਾਂ ਨਾਲ ਰੋਜ਼ਾਨਾ ਖੇਡਦੇ ਸਨ। ਇੱਥੇ ਇਸ ਮਹਿਲ ਦੇ ਅੰਦਰ ਪ੍ਰਭੂ ਰਾਮ ਦੀ ਚਰਨ ਛੋਹ ਪ੍ਰਾਪਤ ਹੈ, ਜੇਕਰ ਇਹ ਕਹਿ ਲਿਆ ਜਾਵੇ ਤਾਂ ਕੋਈ ਇਸ 'ਚ ਦੋਰਾਏ ਨਹੀਂ ਹੈ। ਇਸੇ ਮਹਿਲ ਦੇ ਅੰਦਰ ਭਗਵਾਨ ਸ਼੍ਰੀ ਰਾਮ ਖੇਡਦੇ ਰਹੇ ਨੇ। ਅੰਦਰ ਇਸ ਸਮੇਂ ਦੁਪਹਿਰ ਦਾ ਸਮਾਂ ਹੋਣ ਕਾਰਨ ਕਪਾਟ ਜ਼ਰੂਰ ਬੰਦ ਕਰ ਦਿੱਤੇ ਗਏ ਨੇ, ਪਰ ਤਸਵੀਰਾਂ ਬੇਹੱਦ ਅਹਿਮ ਕਹੀਆਂ ਜਾ ਸਕਦੀਆਂ ਨੇ ਜੋ ਤੁਹਾਡੀ ਸਕਰੀਨ 'ਤੇ ਅਸੀਂ ਸਾਂਝੀਆਂ ਕਰ ਰਹੇ ਹਾਂ। ਤੁਸੀਂ ਵੀ ਆਪਣੀ ਹਾਜ਼ਰੀ ਇਸ ਦਸ਼ਰਥ ਮਹਿਲ ਦੇ ਅੰਦਰ ਲਵਾ ਸਕਦੇ ਹੋ, ਭਗਵਾਨ ਸ਼੍ਰੀ ਰਾਮ ਦਾ ਕਲਿੱਕ ਕਮੈਂਟ ਕਰ ਸਕਦੇ ਹੋ। ਇਹ ਤਸਵੀਰਾਂ ਨੇ ਬੇਹੱਦ ਅਹਿਮ ਤਸਵੀਰਾਂ ਅੰਦਰਲੀਆਂ ਤਸਵੀਰਾਂ ਨੇ ਦਿਖਾ ਰਹੇ ਹਾਂ, ਦਸ਼ਰਥ ਮਹਿਲ ਦਾ ਅੰਦਰਲੀਆਂ ਇਹ ਜਿੱਥੇ ਭਗਵਾਨ ਸ਼੍ਰੀ ਰਾਮ ਆਪਣੇ ਬਾਲਕਾਲ ਦੇ ਦੌਰਾਨ ਰਹੇ ਨੇ, ਦਸ਼ਰਥ ਜੀ ਨਾਲ ਇੱਥੇ ਰਹਿੰਦੇ ਰਹੇ ਨੇ। ਰਾਜਾ ਦਸ਼ਰਥ ਅਤੇ ਉਹਨਾਂ ਦੇ ਚਾਰੇ ਪੁੱਤਰਾਂ ਦੀਆਂ ਤਸਵੀਰ ਕਹੀ ਜਾ ਸਕਦੀ ਹੈ ਜੋ ਇੱਥੇ ਬਣਾਈ ਗਈ ਹੈ, ਸੋਹਣੀ ਚਿੱਤਰਕਾਰੀ ਕੀਤੀ ਗਈ ਹੈ। ਇਹ ਤਸਵੀਰ ਬੇਹੱਦ ਅਹਿਮ ਕਹੀ ਜਾ ਸਕਦੀ ਹੈ। ਫਿਲਹਾਲ ਦਸ਼ਰਥ ਮਹਿਲ ਆਪਣੇ ਆਪ ਦੇ ਵਿੱਚ ਇੱਕ ਇਤਿਹਾਸ ਸੰਜੋਈ ਬੈਠਾ ਹੈ, ਉਹ ਮਹਿਲ ਜਿੱਥੇ ਕਈ ਕਲਾਕ੍ਰਿਤੀਆਂ ਮੌਜੂਦ ਨੇ। ਇੱਕ ਪਾਸੇ ਤੁਸੀਂ ਦੇਖ ਸਕਦੇ ਹੋ ਭਗਵਾਨ ਸ਼੍ਰੀ ਰਾਮ ਅਤੇ ਸੀਤਾ ਮਾਤਾ ਦੀ ਤਸਵੀਰ ਹੈ ਜੋ ਰਾਜਗੱਦੀ 'ਤੇ ਵਿਰਾਜਮਾਨ ਹੈ।
ਦੂਜੇ ਪਾਸੇ ਜੋ ਤਸਵੀਰ ਲਗਾਈ ਗਈ ਹੈ ਭਗਵਾਨ ਸ਼੍ਰੀ ਰਾਮ ਦੇ ਬਚਪਨ ਦੀ ਤਸਵੀਰ ਹੈ, ਯਾਨੀ ਕਿ ਰਾਮ ਲੱਲਾ ਦੀ ਤਸਵੀਰ ਲੱਗੀ ਹੈ। ਇਸ ਦੇ ਨਾਲ ਹੀ ਅੰਦਰ ਹੋਰ ਵੀ ਤਸਵੀਰਾਂ ਨੇ, ਜੋ ਤਸਵੀਰਾਂ ਉਕੇਰੀਆਂ ਗਈਆਂ ਨੇ ਸਾਹਮਣੇ, ਤੁਸੀਂ ਵੇਖ ਸਕਦੇ ਹੋ। ਉਸ ਤਸਵੀਰ 'ਚ ਬਾਲਕਾਲ ਦੀ ਤਸਵੀਰ ਦਿਖਾਈ ਗਈ ਹੈ, ਮਾਤਾ ਗੋਸ਼ਾਲਿਆਂ ਨਾਲ ਸ਼੍ਰੀ ਰਾਮ ਨਜ਼ਰ ਆ ਰਹੇ ਨੇ। ਅਲੱਗ ਅਲੱਗ ਜੋ ਸ਼ਲੋਕਾਂ ਦੇ ਬੋਲ ਵੀ ਇੱਥੇ ਲਿਖ ਕੇ ਲਾਏ ਹੋਏ ਨੇ। ਇਸ ਦੇ ਨਾਲ ਹੀ ਮਾਤਾ ਗੋਸ਼ਾਲਿਆਂ ਲੈ ਕੇ ਸੁੰਦਰ ਚਪਾਹੀਆਂ ਲਿਖੀਆਂ ਹੋਈਆਂ ਨੇ। ਹਨੂੰਮਾਨ ਸਵਰੂਪ ਦੇ ਵਿੱਚ ਸਜਿਆ ਹੋਇਆ ਇੱਕ ਭਗਤ ਇੱਥੇ ਤੁਸੀਂ ਵੇਖ ਸਕਦੇ ਹੋ ਪਹੁੰਚਿਆ ਹੋਇਆ। ਪ੍ਰਭੂ ਭਗਤੀ ਦੇ ਵਿੱਚ ਲੀਨ ਕਹੇ ਜਾ ਸਕਦੇ। ਅੰਦਰ ਦਰਵਾਜ਼ੇ ਨੇ, ਯਾਨੀ ਕਿ ਅੰਦਰ ਪੂਰਾ ਮਹਿਲ ਮੌਜੂਦ ਹੈ। ਫਿਲਹਾਲ ਭਗਤਾਂ ਨੂੰ ਇੱਥੋਂ ਤੱਕ ਦੀ ਐਂਟਰੀ ਹੈ, ਇਸ ਤੋਂ ਅੰਦਰ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ ਹੈ। ਨੰਦ ਲਈ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਸਕਦੇ ਹਾਂ। ਫਿਲਹਾਲ ਬੇਹੱਦ ਹੈ ਇਹਨਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਰਾਜਾ ਦਸ਼ਰਥ ਦਾ ਮਹਿਲ ਦਿਖਾ ਰਹੇ ਹਾਂ। ਥੋੜ੍ਹਾ ਹੋਰ ਅੰਦਰ ਲੈ ਚੱਲਦੇ ਹਾਂ, ਤੁਸੀਂ ਦੇਖ ਸਕਦੇ ਹੋ। ਤਸਵੀਰਾਂ ਨੇ ਭਗਵਾਨ ਰਾਮ ਜੀ ਦੇ ਜੀਵਨ ਕਾਲ ਨੂੰ ਦਰਸਾਉਂਦੀਆਂ ਹੋਈਆਂ। ਅਲੱਗ ਅਲੱਗ ਤਸਵੀਰਾਂ ਨਾਲ ਤੁਹਾਨੂੰ ਮੰਦਰ ਦੇ ਬਾਕੀ ਦੀ ਵੀ ਕਲਾਕਾਰੀ ਦਿਖਾ ਦਿੰਦੇ ਹਾਂ। ਅੰਦਰ ਕਹਿ ਸਕਦੇ ਹੋ ਕਿ ਉਹ ਸਭ ਚੀਜ਼ਾਂ ਮੌਜੂਦ ਰੱਖੀਆਂ ਗਈਆਂ ਨੇ ਇੱਥੇ, ਜੋ ਸ਼੍ਰੀ ਰਾਮ ਜੀ ਦੇ ਨਾਲ ਸਿੱਧੇ ਤੌਰ 'ਤੇ ਸੰਬੰਧ ਰੱਖਦੀਆਂ ਨੇ। ਇਸ ਕਲਾਕ੍ਰਿਤੀ ਇਹ ਉਹ ਪੁਰਾਣੇ ਹਿਸਾਬ ਦੇ ਨਾਲ ਹੀ ਮੰਦਰ ਨੂੰ ਸਜਾਇਆ ਗਿਆ, ਰਾਜ ਮਹਿਲ ਦਿਖਾਇਆ ਜਾ ਰਿਹਾ ਅੰਦਰ। ਅਲੱਗ ਅਲੱਗ ਚੁਪਾਈਆਂ ਇੱਥੇ ਲਿਖੀਆਂ ਨੇ। ਭੋਜਨ ਕਰਤ ਬੋਲ ਜਬ ਰਾਜਾ, ਨਹੀਂ ਆਵਤ ਤਜੀ ਬਾਲ ਸਮਾਜਾ, ਕੌਸਲਿਆ ਜਬ ਬੋਲਣ ਜਾਈ, ਠੁਮਕ ਠੁਮਕ ਪ੍ਰਭੂ ਚਲੀ ਪਰਾਈ। ਤੇ ਤਸਵੀਰਾਂ ਚੁਪਾਈਆਂ ਜੋ ਇੱਥੇ ਕੰਧਾਂ ਤੇ ਉਕੇਰੀਆਂ ਗਈਆਂ ਨੇ, ਤਸਵੀਰ ਬਾਲ ਕਾਲ ਦੀਆਂ ਤਸਵੀਰਾਂ ਲਗਾਈਆਂ ਗਈਆਂ ਨੇ, ਲਗਾਤਾਰ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ। ਰਾਜਾ ਦਸ਼ਰਥ ਜੀ ਦਾ ਮਹਿਲ ਹੈ ਜਿਸ ਦੀ ਤਸਵੀਰ Yeah.
ਮਾਈਕ ਆਨ ਕਰੇ ਉਹਨੂੰ ਮਾਈਕ ਆਨ ਇਹ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਇੱਥੇ ਇਸ ਵੇਲੇ ਪ੍ਰਭੂ ਰਾਮ ਸ਼੍ਰੀ ਰਾਮ ਦੇ ਮਹਿਲ ਦਸ਼ਰਥ ਮਹਿਲ ਦੇ ਅੰਦਰ ਤਸਵੀਰਾਂ ਨੇ ਅੰਦਰ ਰਾਮਲੀਲਾ ਵਿਰਾਜਮਾਨ ਨੇ ਅੰਦਰ ਚਾਰੇ ਭਰਾਵਾਂ ਦੀਆਂ ਮੂਰਤੀਆਂ ਨੇ ਅਲੱਗ ਅਲੱਗ ਮੰਦਰਾਂ ਦੇ ਵਿੱਚ ਦਰਵਾਜ਼ੇ ਖੋਲ ਦਿੱਤੇ ਗਏ ਨੇ ਮੰਦਰ ਦੇ ਵੱਡੀ ਗਿਣਤੀ ਦੇ ਵਿੱਚ ਇੱਥੇ ਸ਼ਰਧਾਲੂ ਉਮੜ ਆਏ ਨੇ ਵੱਡੀ ਗਿਣਤੀ ਸ਼ਰਧਾਲੂਆਂ ਦਾ ਹਰ ਕਹਿ ਸਕਦੇ ਇੱਕ ਵਰਤ ਆ ਗਿਆ ਇਹ ਪ੍ਰਭੂ ਰਾਮ ਸੀਤਾ ਮਾਈਆ ਨੇ ਵਿਰਾਜਮਾਨ ਨੇ ਨਾਲ ਲਕਸ਼ਮਣ ਜੀ ਨੇ ਨਾਲ ਹਨੂੰਮਾਨ ਜੀ ਦੀ ਮੂਰਤੀ ਹੈ ਇਸ ਮੰਦਰ ਦੇ ਵਿੱਚ ਦਿਖਾਈ ਦੇ ਰਹੀ ਹੈ ਇਸ ਨਾਲ ਤੁਹਾਨੂੰ ਅਗਲੇ ਦਿਖਾ ਦਿੰਦੇ ਆ ਅਗਲੇ ਦਰਸ਼ਨ ਦੇ ਦਿੰਦੇ ਆ ਇਸ ਵਿਚਕਾਰ ਤੁਸੀਂ ਵੇਖ ਸਕਦੇ ਹੋ ਇੱਧਰ ਰਾਮਲੀਲਾ ਦੇ ਮੂਰਤੀ ਸਜਾਈ ਗਈ ਹੈ ਨਾਲ ਉਹਨਾਂ ਦੇ ਚਾਰੇ ਭਰਾ ਫਿਰ ਇੱਥੇ ਬਾਲ ਅਵਸਥਾ ਦੇ ਵਿੱਚ ਮੌਜੂਦ ਨੇ ਇਸੇ ਤਰੀਕੇ ਦੇ ਨਾਲ ਜੋ ਅਗਲੀ ਮੂਰਤੀ ਦਰਸ਼ਨ ਤੁਹਾਨੂੰ ਲਗਾਤਾਰ ਅਸੀਂ ਕਰਾ ਰਹੇ ਹਾਂ ਤੁਹਾਨੂੰ ਦਿਖਾ ਦਿੰਦੇ ਹਾਂ ਮੰਦਰ ਦੇ ਅੰਦਰਲੀ ਤਸਵੀਰ ਹੈ ਪ੍ਰਭੂ ਰਾਮ ਇੱਥੇ ਬਾਲਕਾਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਉਹੀ ਦਸ਼ਰਥ ਭਵਨ ਦੇ ਅੰਦਰ ਮੰਦਰ ਹੈ ਜਿੱਥੇ ਕਿ ਦੱਸਿਆ ਜਾਂਦਾ ਕਿ ਭਗਵਾਨ ਰਾਮ ਛੋਟੇ ਹੁੰਦੇ ਖੇਡਦੇ ਰਹੇ ਨੇ ਅਲੱਗ ਅਲੱਗ ਮੂਰਤੀਆਂ ਸਥਾਪਿਤ ਕੀਤੀਆਂ ਗਈਆਂ ਨੇ ਫਿਲਹਾਲ ਇਹਨਾਂ ਤਸਵੀਰਾਂ ਬਾਰੇ ਦੱਸ ਦਿੰਦੇ ਹਾਂ ਅਗਲੇ ਮੰਦਰ ਦੇ ਵਿੱਚ ਭਗਵਾਨ ਰਾਮ ਚਾਰੇ ਭਰਾਵਾਂ ਦੇ ਨਾਲ ਮਈਆ ਸੀਤਾ ਦੇ ਨਾਲ ਖੁਦ ਵਿਰਾਜਮਾਨ ਨੇ ਇੱਥੇ ਭਗਵਾਨ ਰਾਮ ਨੂੰ ਕੁਛ ਕਹਿ ਸਕਦੇ ਹੋ ਸਾਹਮਣੇ ਰੰਗ ਚ ਦਿਖਾਇਆ ਗਿਆ ਅਗਲੀ ਤਸਵੀਰ ਚ ਫਿਰ ਦਿਖਾਵਾਂਗੇ ਪ੍ਰਭੂ ਰਾਮ ਦੇ ਨਾਮ ਦਾ ਜੈਕਾਰਾ ਲਾ ਕੇ ਤੁਸੀਂ ਵੀ ਆਪਣੀ ਇੱਥੇ ਹਾਜ਼ਰੀ ਲਵਾ ਸਕਦੇ ਹੋ ਇੱਥੇ ਕੁੱਲ 6 ਮੂਰਤੀਆਂ ਅੰਦਰ ਇਸ ਮੰਦਰ ਦੇ ਵਿੱਚ ਸਥਾਪਿਤ ਕੀਤੀਆਂ ਗਈਆਂ ਨੇ ਜਿਹਦੇ ਚ ਭਗਵਾਨ ਰਾਮ ਮਈਆ ਸੀਤਾ ਲਕਸ਼ਮਣ ਜੀ ਨਾਲ ਉਹਨਾਂ ਦੇ ਭਰਤ ਜੀ ਤੇ ਪੂਰੇ ਪਰਿਵਾਰ ਦੀਆਂ ਮੂਰਤੀਆਂ ਕਹੀਆਂ ਜਾ ਸਕਦੀਆਂ ਰਾਜਾ ਦਸ਼ਰਥ ਦੇ ਦਰਬਾਰ ਦੇ ਅੰਦਰ ਸਥਾਪਿਤ ਨੇ ਇਹਨਾਂ ਮੂਰਤੀਆਂ ਦੇ ਨਾਲ ਫਿਲਹਾਲ ਇਹ ਤਸਵੀਰਾਂ ਬਹੁਤ ਅਹਿਮ ਕਹੀਆਂ ਜਾ ਸਕਦੀਆਂ ਨੇ ਜੇਕਰ ਤੁਸੀਂ ਅਯੋਧਿਆ ਆਉਣਾ ਚਾਹੁੰਦੇ ਹੋ ਰਾਮਲਾ ਦਾ ਦਰਸ਼ਨ ਕਰਨਾ ਚਾਹੁੰਦੇ ਹੋ ਇਹ ਤਸਵੀਰਾਂ ਨੇ ਅੰਦਰ ਦੀਆਂ ਜੇ ਤੁਸੀਂ ਜੈ ਸ਼੍ਰੀ ਰਾਮ ਕਹਿ ਕੇ ਹਾਜ਼ਰ ਆ ਸਕਦੇ ਇਸ ਖਬਰ ਨੂੰ ਸ਼ੇਅਰ ਕਰ ਸਕਦੇ ਹੋ ਪਰ ਫਿਲਹਾਲ ਇਸ ਦੇ ਨਾਲ ਮੈਨੂੰ ਦਿਓ ਇਜਾਜ਼ਤ ਹੋਰ ਅਪਡੇਟਸ ਲਈ ਵੇਖਦੇ ਰਹੋ ਜਗਬਾਣੀ ਟੀਵੀ।